ਵਾਹਿਗੁਰੂ ਸਾਹਿਬ ਜੀਓ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰਿ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਸ਼ੁਭਾਈਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੀ ਸਤਸੰਗੀ ਜਨੋ, ਵਡਭਾਗੀ ਹਾਂ ਚੱਲ ਰਹੀਆਂ ਸਮੇਂ ਦੀਆਂ ਘੜੀਆਂ ਗੁਰੂ ਕੀ ਸੰਗਤ ਦੇ ਵਿੱਚ ਬਤੀਤ ਹੋ ਰਹੀਆਂ ਹਨ। ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਲੜੀਵਾਰ ਵਿਚਾਰ ਜੋ ਆਪਾਂ ਕਰ ਰਹੇ ਹਾਂ ਜੀ, 17 ਅਸ਼ਟਪਦੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ ਅਤੇ 18ਵੀਂ ਅਸ਼ਟਪਦੀ ਗੁਰਮੁਖੋ ਅੱਜ ਆਪਾਂ ਆਰੰਭ ਕਰਨੀ ਹੈ। 18ਵੀਂ ਜਿਹੜੀ ਅਸ਼ਟਪਦੀ ਹੈ, ਇਹ ਸਾਰੀ ਦੀ ਸਾਰੀ ਅਸ਼ਟਪਦੀ ਸਤਿਗੁਰੂ ਨੂੰ ਸਮਰਪਿਤ, ਸਤਿਗੁਰੂ ਨੂੰ ਪਾਤਸ਼ਾਹ ਜੀ ਨੇ, ਗੁਰੂ ਅਰਜਨ ਸਾਹਿਬ ਨੇ ਸਤਿਗੁਰੂ ਦੀਆਂ ਰਹਿਮਤਾਂ, ਸਤਿਗੁਰੂ ਦੀਆਂ ਬਖਸ਼ਿਸ਼ਾਂ ਦੀ ਗੱਲ ਇਸ 18ਵੀਂ ਅਸ਼ਟਪਦੀ ਦੇ ਵਿੱਚ ਕੀਤੀ ਹੈ। ਆਰੰਭ ਤਾਂ ਗੁਰੂ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ ਕਰਦੇ ਨੇ, ਸਤਿਗੁਰੂ ਹੈ ਕੌਣ? ਤੋ ਜਦੋਂ ਗੁਰੂ ਪਾਤਸ਼ਾਹ ਨੇ ਇਹ
ਬਚਨ ਸੰਗਤਾਂ ਦੀ ਝੋਲੀ ਪਾਇਆ ਵੀ ਸਤਿਗੁਰੂ ਕੌਣ ਹੈ। ਅਤੇ ਪਹਿਲੀ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸੱਤ ਪੁਰਖ ਜਿਨ ਜਾਣਿਆ। ਜਾਣਿਆ ਦਾ ਅਰਥ ਹੈ ਜਾਣ ਲਿਆ, ਪਛਾਣ ਲਿਆ, ਸਾਂਝ ਪਾ ਲਈ ਹੈ। ਕਿਉਂਕਿ ਗੁਰਬਾਣੀ ਅੰਦਰ ਨਾ ਜਾਣਨ ਦਾ ਅਰਥ ਗੁਰਮੁਖੋਂ ਸਾਂਝ ਪਾਉਣਾ ਬਣਦਾ ਹੈ। ਸਤਿਗੁਰ ਤਿਸਕਾ ਨਾਉਂ, ਸਤਿਗੁਰੂ ਉਸ ਦਾ ਨਾਮ ਹੈ ਜਿਸਨੇ ਸਦੀਵੀ ਪੁਰਖ ਨੂੰ ਜਾਣ ਲਿਆ। ਸਤ ਦਾ ਕੀ ਅਰਥ ਹੈ? ਸਦੀਵੀ। ਪੁਰਖ ਦਾ ਕੀ ਅਰਥ ਹੈ? ਇੱਕ ਰਸ ਵਿਆਪਕ, ਜਿਸ ਨੇ ਸਦਾ ਰਹਿਣ ਵਾਲੇ ਇੱਕ ਰਸ ਵਿਆਪਕ ਪਰਮੇਸ਼ਰ ਨੂੰ ਜਾਣ ਲਿਆ, ਉਹ ਸਤਿਗੁਰੂ ਹੈ। ਦੂਸਰਾ ਬਚਨ ਕਿਹਾ ਤਿਸਕੈ ਸੰਗ ਸਿੱਖ ਉਧਰੈ। ਸਿੱਖ ਦਾ ਅਰਥ ਹੈ ਸੇਵਕ। ਸਤਿਗੁਰੂ ਦਾ ਦੂਸਰਾ ਲੱਛਣ ਕੀ ਹੈ? ਕਿ ਜਿਹੜਾ ਉਸ ਸਤਿਗੁਰੂ ਦੇ ਦਰਸ਼ਨ ਕਰਦਾ ਹੈ, ਉਹਦੀ ਸੰਗਤ ਕਰਦਾ, ਉਹਦਾ ਉਧਾਰ ਹੋ ਜਾਂਦਾ ਹੈ, ਉੱਧਰ ਹੈ, ਉਹ ਪਾਪਾਂ ਵਿਕਾਰਾਂ ਤੋਂ ਉੱਪਰ ਹੋ ਜਾਂਦਾ ਹੈ। ਉਹਦੇ ਉੱਪਰ ਪਾਪ ਅਤੇ ਵਿਕਾਰ ਅਸਰ ਹੀ ਨਹੀਂ ਕਰਦੇ, ਉੱਧਰ ਜਾਂਦਾ ਉਹ, ਉਹਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਕੌਣ? ਜਿਹੜਾ ਸਤਿਗੁਰੂ ਦੀ ਸੰਗਤ ਕਰਦਾ। ਅਰਥ ਸਤਿਗੁਰੂ ਉਹ ਜਿਹਦੀ ਸੰਗਤ ਕੀਤਿਆਂ ਵਿਕਾਰਾਂ ਅਤੇ ਪਾਪਾਂ ਤੋਂ ਖਿਹੜਾ ਛੁੱਟ ਜਾਏ। ਤਿਸਕੈ ਸੰਗ ਸਿੱਖ ਉੱਧਰ ਹੈ। ਨਾਨਕ ਹਰ ਗੁਣ ਗਾਓ। ਹੇ ਨਾਨਕ, ਜਿਹੜਾ ਆਪਣਾ ਨਾਮ ਨਹੀਂ ਗਵਾਉਂਦਾ ਵੀ ਮੇਰਾ ਨਾਮ ਜਪੋ, ਕੀ ਕਹਿੰਦਾ? ਨਾਨਕ ਹਰ ਗੁਣ ਗਾਓ। ਹੇ ਭਾਈ, ਗਾਉਣੇ ਨੇ ਅਤੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਓ। ਆਪਣਾ ਨਾਮ ਨਹੀਂ ਜਪਾਉਂਦਾ, ਆਪ ਵੀ ਹਰੀ ਦਾ ਨਾਮ ਜਪਦਾ ਅਤੇ ਦੂਜਿਆਂ ਨੂੰ ਵੀ ਹਰੀ ਦੇ ਗੁਣ ਗਾਉਣ ਲਈ ਕਹਿੰਦਾ। ਇਹ ਸਤਿਗੁਰੂ ਦੀ ਨਿਸ਼ਾਨੀ ਹੈ, ਲੱਛਣ ਨੇ ਗੁਰਮੁਖੋ ਸਤਿਗੁਰੂ ਦੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਗੁਰੂ ਕੌਣ ਹੈ, ਸਤਿਗੁਰੂ ਕੌਣ ਹੈ ਇਹ ਬਚਨ ਪੜ੍ਹਦੇ ਹਾਂ, ਇੱਕ ਬਚਨ ਆਉਂਦਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਜਿਸ ਮਿਲਿਆ, ਜਿਸ ਨੂੰ ਮਿਲਿਆ, ਜਿਸ ਦੀ ਸੰਗਤ ਕੀਤੀਆਂ, ਮਨ ਹੋਏ ਆਨੰਦ, ਮਨ ਵਿੱਚ ਆਨੰਦ ਪ੍ਰਾਪਤ ਹੋ ਜਾਵੇ। ਆਨੰਦ ਕੀ ਹੁੰਦਾ? ਸਦੀਵੀ ਖੁਸ਼ੀ, ਸਦੀਵੀ ਖੇੜਾ, ਵਿਗਾਸ। ਜਿਸ ਨੂੰ ਮਿਲਿਆ, ਇੱਕ ਤਾਂ ਖੁਸ਼ੀ ਹੁੰਦੀ ਹੈ ਨਾ ਗੁਰਮੁਖੋ, ਜਿਹੜੀ ਸਾਨੂੰ ਖਾਣ ਪੀਣ ਪਹਿਨਣ ਦੇ ਵਿੱਚੋਂ ਵੀ ਮਿਲ ਜਾਂਦੀ ਹੈ। ਮਹਿੰਗਾ ਕੱਪੜਾ ਪਾ ਲਿਆ ਥੋੜ੍ਹੇ ਸਮੇਂ ਲਈ, ਮਨ ਬੜਾ ਖੁਸ਼ ਹੈ। ਚੰਗਾ ਭੋਜਨ ਜਾਂ ਖਾ ਲਿਆ ਥੋੜ੍ਹੇ ਚਿਰ ਲਈ, ਬੜਾ ਮਨ ਖੁਸ਼ ਹੈ। ਇੱਕ ਸਦੀਵੀ ਖੁਸ਼ੀ, ਜਿਹੜੀ ਖੁਸ਼ੀ, ਜਿਹੜਾ ਵਿਗਾਸ, ਜਿਹੜਾ ਖੇੜਾ ਗੁਰਮੁਖੋ ਅੱਤ ਦੇ ਚਿੰਤਾ, ਅੱਤ ਦੇ ਦੁੱਖਾਂ ਵਿੱਚ ਵੀ ਨਹੀਂ ਖਤਮ ਹੁੰਦਾ, ਉਹ ਖੁਸ਼ੀ, ਉਹ ਆਨੰਦ। ਗੁਰੂ ਦੇ ਕੋਲ ਬੈਠੀਏ ਤਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਖੁਸ਼ੀ ਤਾਂ ਸਾਨੂੰ ਕਈ ਵਾਰ ਰਿਸ਼ਤੇਦਾਰਾਂ ਕੋਲ ਬੈਠਿਆਂ ਵੀ ਹੋ ਜਾਂਦੀ ਹੈ, ਖੁਸ਼ੀ ਤਾਂ ਸਾਨੂੰ ਅਮੀਰ ਬੰਦੇ ਕੋਲ ਬੈਠਿਆਂ ਵੀ ਹੋ ਜਾਂਦੀ ਹੈ,
ਪਰ ਆਨੰਦ ਕਿੱਥੋਂ ਮਿਲਦਾ? ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਜਿਸ ਦੇ ਕੋਲ ਬੈਠਿਆਂ ਆਨੰਦ ਮਿਲ ਜਾਏ। ਆਨੰਦ ਦਾ ਕੀ ਅਰਥ ਹੈ? ਖੁਸ਼ੀ ਦੇ ਨਾਲ ਗਮੀ ਖੜੀ ਹੈ ਗੁਰਮੁਖੋ। ਆਨੰਦ ਉਹ ਅਵਸਥਾ ਹੈ ਜਿਹਦੇ ਬਰਾਬਰ ਦੂਜਾ ਹੈ ਹੀ ਨਹੀਂ ਹੈ। ਉਹ ਦੁੱਖ ਵਿੱਚ ਵੀ ਆਨੰਦ ਹੈ, ਸੁੱਖ ਵਿੱਚ ਵੀ ਆਨੰਦ ਹੈ, ਚਿੰਤਾ ਵਿੱਚ ਵੀ ਆਨੰਦ ਹੈ, ਗਰੀਬੀ ਦੇ ਵਿੱਚ ਵੀ ਹੈ, ਅਮੀਰੀ ਦੇ ਵਿੱਚ ਵੀ ਹੈ। ਉਹਨੂੰ ਕਹਿੰਦੇ ਨੇ ਆਨੰਦ। ਜਿਹੜਾ ਵਿਗਾਸ, ਜਿਹੜਾ ਖੇੜਾ ਕਦੇ ਖਤਮ ਨਾ ਹੋਵੇ ਉਹਨੂੰ ਆਨੰਦ ਕਿਹਾ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਨੇ ਕਿਹਾ ਸਦੀਵੀ ਖੇੜਾ, ਸਦੀਵੀ ਖੁਸ਼ੀ, ਆਨੰਦ ਕਿੱਥੋਂ ਮਿਲਦਾ? ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਸਤਿਗੁਰੂ ਕੋਲੋਂ ਹੀ ਮਿਲਦਾ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਤਿਗੁਰੂ ਕੌਣ ਹੈ? ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਣ ਸਜਾਏ, ਹਰ ਪਰਮ ਪਦ ਲਈਐ। ਜਿਸ ਦੀ ਸੰਗਤ ਕੀਤਿਆਂ ਮਨ ਦੀਆਂ ਦੁਬਿਧਾਵਾਂ ਮਿਟ ਜਾਣ, ਖਤਮ ਹੋ ਜਾਣ, ਦੁਬਿਧਾ ਖਤਮ ਹੀ ਹੋ ਜਾਏ। ਦੁਬਿਧਾ ਕੀ ਹੁੰਦਾ? ਦੁਚਿੱਤਾਪਣ। ਅਕਸਰ ਬੰਦਾ ਗੁਰਮੁਖੋ ਬਹੁਤੇ ਐਕਸੀਡੈਂਟ ਦੁਬਿਧਾ 'ਚ ਹੀ ਕਰਦਾ, ਬਹੁਤੀਆਂ ਘਟਨਾਵਾਂ ਦੁਬਿਧਾ ਦੇ ਵਿੱਚ ਹੁੰਦੀਆਂ ਨੇ। ਅਤੇ ਗੁਰੂ ਜੀ ਉਸ ਦੁਚਿੱਤੇਪਣ ਨੂੰ, ਉਸ ਦੁਬਿਧਾ ਨੂੰ ਖਤਮ ਕਰਦੇ ਨੇ। ਜਿਹਦੇ ਕੋਲ ਬੈਠਿਆਂ ਦੁਬਿਧਾ ਖਤਮ ਹੋ ਜਾਏ ਉਹ ਸਤਿਗੁਰੂ ਹੈ। ਹਰ ਪਰਮ ਪਦ ਲਈ ਹੈ, ਹੇ ਹਰੀ, ਜਿਸ ਦੇ ਕੋਲ ਬੈਠਿਆਂ ਪਰਮ ਪਦ ਦੀ ਅਵਸਥਾ ਪ੍ਰਾਪਤ ਹੋ ਜਾਏ ਉਹ ਸਤਿਗੁਰੂ ਹੈ। ਹੁਣ ਤਿੰਨ ਗੱਲਾਂ ਕਹੀਆਂ ਗੁਰੂ ਰਾਮਦਾਸ ਸਾਹਿਬ ਨੇ। ਪਹਿਲਾ ਬਚਨ ਕੀ ਕਿਹਾ? ਜਿਸ ਨੂੰ ਮਿਲਿਆ ਆਨੰਦ ਮਿਲ ਜਾਏ, ਜਿਸ ਨੂੰ ਮਿਲਿਆ ਪਰਮ ਪਦ ਮਿਲ ਜਾਏ, ਜਿਸ ਨੂੰ ਮਿਲਿਆ ਮਨ ਦੀ ਦੁਬਿਧਾ ਮਿਟ ਜਾਏ ਉਸ ਨੂੰ ਸਤਿਗੁਰੂ ਕਹਿੰਦੇ ਹਨ। ਉਹ ਜਿਹੜਾ ਸਤਿਗੁਰੂ ਹੈ ਨਾ, ਗੁਰੂ ਪਾਤਸ਼ਾਹ ਕਹਿੰਦੇ ਉਹ ਆਤਮਾ ਦਾ ਦਾਤਾ ਹੈ, ਉਹ ਮਨ ਦਾ ਦਾਤਾ ਹੈ। ਇੱਕ ਛੋਟੀ ਜਿਹੀ ਉਦਾਹਰਨ ਲੈ ਲਈਏ ਆਪਾਂ ਇਤਿਹਾਸ ਵਿੱਚੋਂ ਗੁਰਮੁਖ, ਕਿਉਂਕਿ ਸਤਿਗੁਰੂ ਆਪਾਂ ਵੇਖ ਰਹੇ ਹਾਂ ਵੀ ਸਤਿਗੁਰੂ ਕੌਣ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਕੋਲ ਸਿੱਖ ਬੈਠੇ, ਹਰਗੋਬਿੰਦਪੁਰੀ ਦੇ ਅਸਥਾਨ ਦੇ ਉੱਪਰ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਦੁਨੀਆਂ ਉੱਤੇ ਬੜੇ ਸਤਿਗੁਰੂ ਬਣੇ ਬੈਠੇ ਆ, ਜਿਹੜੇ ਪਾਸੇ ਨਜ਼ਰ ਮਾਰਦੇ ਆ ਉਹ ਵੀ ਸਤਿਗੁਰੂ, ਉਹ ਵੀ ਸਤਿਗੁਰੂ ਆ, ਹੁਣ ਵੀ ਤਾਂ ਕਿੰਨੇ ਸਤਿਗੁਰੂ ਬਣੇ ਬੈਠੇ ਆ। ਪਾਤਸ਼ਾਹ ਸਤਿਗੁਰੂ ਕੌਣ ਹੁੰਦਾ ਹੈ? ਗੁਰੂ ਦੀਆਂ ਨਿਸ਼ਾਨੀਆਂ ਕੀ ਨੇ? ਗੁਰੂ ਕਿੰਨੇ ਕੁ ਤਰ੍ਹਾਂ ਦੇ ਹੁੰਦੇ ਆ? ਇੱਦਾਂ ਸਿੱਖਾਂ ਨੇ ਸਵਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਗੁਰਸਿੱਖੋ, ਵੈਸੇ ਤਾਂ ਜਿੱਧਰ ਝਾਤੀ ਮਾਰੋ ਚਾਰੇ ਪਾਸੇ ਹਰ ਇੱਕ ਬੰਦਾ ਆਪਣੇ ਆਪ ਨੂੰ ਗੁਰੂ ਅਖਵਾਉਣ 'ਤੇ ਲੱਗਿਆ, ਪਰ ਫਿਰ ਵੀ ਜੇ ਅਸੀਂ, ਪਾਤਸ਼ਾਹ ਕਹਿੰਦੇ ਜੇ ਦੇਖੀਏ ਤਾਂ ਦੁਨੀਆ ਵਿੱਚ ਤਾਂ ਚਾਰ ਤਰ੍ਹਾਂ ਦੇ ਸਤਿਗੁਰੂ ਮਿਲਦੇ ਆ, ਚਾਰ ਤਰ੍ਹਾਂ ਦੇ ਗੁਰੂ ਮਿਲਦੇ ਆ। ਪੁੱਛਿਆ ਪਾਤਸ਼ਾਹ ਕਿਹੜੇ ਕਿਹੜੇ ਗੁਰੂ ਹਰ, ਹੁਣ ਸਮਝੋ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹੜੇ ਕਿਹੜੇ ਚਾਰ ਗੁਰੂ ਗੁਰਮੁਖੋਂ ਕਹੇ। ਪਹਿਲਾ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਪਹਿਲਾ ਗੁਰੂ ਹੈ ਭਰਿੰਗੀ ਗੁਰੂ, ਦੂਸਰਾ ਗੁਰੂ ਹੈ ਬਾਵਣ ਚੰਦਨ ਗੁਰੂ, ਤੀਸਰਾ ਗੁਰੂ ਹੈ ਪਾਰਸ ਗੁਰੂ,
ਚੌਥਾ ਗੁਰੂ ਹੈ ਦੀਪਕ ਗੁਰੂ। ਇਹ ਚਾਰ ਤਰ੍ਹਾਂ ਦੇ ਗੁਰੂ ਨੇ ਜਿਹੜੇ ਇਹ ਸਾਨੂੰ ਸੰਸਾਰ 'ਤੇ ਮਿਲਦੇ ਨੇ। ਸਿੱਖਾਂ ਨੇ ਕਿਹਾ ਪਾਤਸ਼ਾਹ ਇਹ ਚਾਰ ਤਰ੍ਹਾਂ ਦੇ ਗੁਰੂ ਤੁਸੀਂ ਸਾਨੂੰ ਨਾਂ ਦੱਸ ਦਿੱਤੇ ਨੇ, ਕਿਰਪਾ ਕਰਕੇ ਦੱਸੋ ਇਹ ਚਾਰ ਤਰ੍ਹਾਂ ਦੇ ਗੁਰੂਆਂ ਦੇ ਲੱਛਣ ਕੀ ਨੇ। ਇਹ ਬਾਬ ਭਰਿੰਗੀ ਗੁਰੂ ਕੌਣ ਹੁੰਦਾ ਹੈ, ਬਾਵਣ ਚੰਦਨ ਗੁਰੂ ਕੌਣ ਹੁੰਦਾ ਹੈ, ਪਾਰਸ ਗੁਰੂ ਕੌਣ ਹੁੰਦਾ ਹੈ, ਦੀਪ ਗੁਰੂ ਕੌਣ ਹੁੰਦਾ ਹੈ, ਇੱਕ ਇਹਨਾਂ ਦੀਆਂ ਨਿਸ਼ਾਨੀਆਂ ਕੀ ਨੇ। ਹੁਣ ਸਮਝੋ ਜੇ ਬੇਨਤੀ ਬੜੇ ਧਿਆਨ ਨਾਲ, ਸਤਿਗੁਰੂ ਕੌਣ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਪਹਿਲਾ ਗੁਰੂ ਹੈ ਉਹਦਾ ਨਾਮ ਹੈ ਭਰਿੰਗੀ ਗੁਰੂ। ਗੁਰਮੁਖੋ ਭਰਿੰਗੀ ਇੱਕ ਛੋਟਾ ਜਿਹਾ ਕੀੜਾ ਹੈ, ਛੋਟਾ ਜਿਹਾ। ਉਹ ਕਈ ਵਾਰ ਨਾ ਆਪਣੇ ਘਰਾਂ ਦੇ ਵਿੱਚ ਵੀ ਉਹ ਮਿੱਟੀ ਦਾ ਘਰ ਜਾ ਉੱਪਰ ਬਣਾ ਲੈਂਦਾ ਸੀ। ਕਰਕੀਨ ਕਹਿੰਦੇ ਹਾਂ ਉਹਨੂੰ, ਹੁਣ ਮੈਨੂੰ ਪਤਾ ਨਹੀਂ ਤੁਸੀਂ ਇੱਥੇ ਕੀ ਕਹਿੰਦੇ ਹੋ, ਕਰਕੀਨ ਕਿਹਾ ਜਾਂਦਾ ਉਸਨੂੰ। ਉਹ ਇੱਦਾਂ ਮਿੱਟੀ ਦਾ ਬਣਾ ਲੈਂਦਾ ਘਰ ਜਾ ਉੱਪਰ, ਛੱਤ ਦੇ ਉੱਪਰ ਲੱਗ ਜਾਂਦਾ ਹੈ, ਉਹਨੂੰ ਕਹਿੰਦੇ ਭਰਿੰਗੀ ਕੀੜਾ। ਜਿਹੜਾ ਭਰਿੰਗੀ ਕੀੜਾ ਹੈ ਨਾ, ਕੁਦਰਤ ਨੇ ਉਹਦੇ ਅੰਦਰ ਇੱਕ ਐਸੀ ਇਹ ਕਹਿ ਲਓ ਵੀ ਕਿਰਿਆ ਪ੍ਰਖੀ ਹੋਈ ਹੈ, ਉਹ ਸਾਵਣ ਦੇ ਮਹੀਨੇ ਦੇ ਵਿੱਚ ਬਾਹਰ ਉੱਡਦਾ ਜਦੋਂ ਹਰਿਆਲੀ ਜੀ ਆਉਂਦੀ, ਮੀਂਹ ਜਾ ਪੈਂਦਾ, ਉਹ ਇੱਕ ਵਿਸ਼ੇਸ਼ ਤਰ੍ਹਾਂ ਦੇ ਛੋਟੇ ਛੋਟੇ ਕੀੜਿਆਂ ਨੂੰ ਫੜ ਲੈਂਦਾ, ਇੱਦਾਂ ਪਕੜ ਕੇ ਉਹ ਆਪਣੇ ਉਹ ਜਿਹੜਾ ਮਿੱਟੀ ਦਾ ਘਰ ਜਿਹਾ ਬਣਾਇਆ ਹੁੰਦਾ ਉਹਦੇ ਅੰਦਰ ਬੰਦ ਕਰ ਦਿੰਦਾ, ਆਪ ਵਿੱਚ ਬੰਦ ਹੋ ਜਾਂਦਾ, ਪਕੜੇ ਹੋਏ ਕੀੜੇ ਨੂੰ ਵੀ ਬੰਦ ਕਰ ਲੈਂਦਾ। ਅਤੇ ਉਹ ਅੰਦਰ ਬੰਦ ਕਰਕੇ ਕਈ ਦਿਨ ਉਸ ਪਕੜੇ ਹੋਏ ਕੀੜੇ ਦੇ ਆਸੇ ਪਾਸੇ ਚੱਕਰ ਲਾਉਂਦਾ ਲਾਉਂਦਾ ਗੂੰਜਾਂ ਪਾਉਂਦਾ, ਆਪਣੀ ਆਵਾਜ਼ ਉਹਨੂੰ ਸੁਣਾਉਂਦਾ। ਔਰ ਤਿੰਨ ਚਾਰ ਦਿਨਾਂ ਤੋਂ ਬਾਅਦ ਜਿਹੜਾ ਕੀੜਾ ਉਹਨੇ ਫੜਿਆ ਹੁੰਦਾ ਉਹ ਉਸ ਕੀੜੇ ਵਰਗੀ ਬੋਲੀ ਬੋਲਣ ਲੱਗ ਪੈਂਦਾ ਅਤੇ ਉਹਦੇ ਵਰਗਾ ਬਣ ਜਾਂਦਾ। ਉਹਦੇ ਵਰਗੀ ਬੋਲੀ ਬੋਲਣ ਲੱਗ ਪਿਆ, ਉਹਦੇ ਵਰਗਾ ਸ਼ਕਲ ਵੀ ਬਣ ਗਿਆ, ਇੱਕ ਨਵਾਂ ਭਰਿੰਗੀ, ਇਹ ਕਹਿ ਲਓ ਇੱਕ ਨਵਾਂ ਭਰਿੰਗੀ ਕੀੜਾ ਪੈਦਾ ਹੋ ਜਾਂਦਾ। ਉਹਨੇ ਜਨਮ ਨਹੀਂ ਦਿੱਤਾ ਉਹਨੂੰ, ਬਾਹਰੋਂ ਪਕੜਦਾ ਅੰਦਰ ਲੈ ਕੇ ਜਾਂਦਾ, ਆਪ ਵੀ ਬੰਦ ਹੁੰਦਾ ਉਹਨੂੰ ਵੀ ਬੰਦ ਕਰਦਾ, ਆਸੇ ਪਾਸੇ ਉਹਦੇ ਚੱਕਰ ਲਾਉਂਦਾ, ਉਹਨੂੰ ਆਪਣੀ ਆਵਾਜ਼ ਸੁਣਾਉਂਦਾ, ਉਹਦੀ ਆਵਾਜ਼ ਸੁਣ ਕੇ ਉਹ ਕੀੜਾ ਉਹਦੇ ਵਰਗੀ ਸ਼ਕਲ ਵੀ ਅਖਤਿਆਰ ਕਰ ਲੈਂਦਾ ਔਰ ਉਹਦੇ ਵਰਗੀ ਬੋਲੀ ਬੋਲਣ ਲੱਗ ਪੈਂਦਾ, ਇੱਕ ਨਵਾਂ ਭਰਿੰਗੀ ਤਿਆਰ ਹੋ ਜਾਂਦਾ। ਪਾਤਸ਼ਾਹ ਕਹਿੰਦੇ ਭਾਈ ਦੁਨੀਆਂ ਉੱਤੇ ਐਸੇ ਵੀ ਭਰਿੰਗੀ ਗੁਰੂ ਹਨ ਜਿਹੜੇ ਕਿਸੇ ਖਾਸ ਤਰ੍ਹਾਂ ਦੇ ਬੰਦਿਆਂ ਨੂੰ ਪਕੜਦੇ ਨੇ, ਉਹਨਾਂ ਨੂੰ ਆਪਣਾ ਉਪਦੇਸ਼ ਸੁਣਾਉਂਦੇ ਨੇ, ਉਪਦੇਸ਼ ਸੁਣਾ ਕੇ ਉਹਨਾਂ ਜਿਵੇਂ ਉਹ ਉਪਦੇਸ਼ ਸੁਣਾਉਂਦੇ ਨੇ ਅੱਗੇ ਜਿਹੜੇ ਚੇਲੇ ਉਹਦੇ ਉਪਦੇਸ਼ ਸੁਣਦੇ ਨੇ ਉਹ ਵੀ ਉਹਨਾਂ ਵਰਗੀ ਬੋਲੀ ਬੋਲਣ ਲੱਗ ਪੈਂਦੇ ਹੈ। ਜਿਹੜਾ ਕੋਈ ਇਨਸਾਨ ਕਿਸੇ ਖਾਸ ਤਰ੍ਹਾਂ ਦੇ ਬੰਦਿਆਂ ਨੂੰ ਪਕੜਦਾ, ਉਹਨਾਂ ਨੂੰ ਪਕੜ ਕੇ ਉਹਨਾਂ ਨੂੰ ਆਪਣੀ ਬੋਲੀ ਆਪਣਾ ਉਪਦੇਸ਼ ਸੁਣਾਉਂਦਾ ਅਤੇ ਉਹ ਚੇਲੇ ਉਹਦਾ ਉਪਦੇਸ਼ ਸੁਣਨ ਲੱਗ ਪੈਂਦੇ ਨੇ, ਬੋਲਣ ਲੱਗ ਪੈਂਦੇ ਨੇ, ਕਿਹਾ ਜਾਂਦਾ ਇਹ ਭਰਿੰਗੀ ਗੁਰੂ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਭਰਿੰਗੀ ਕੀੜੇ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਵੀ ਉਹ ਸਾਰੇ ਤਰ੍ਹਾਂ ਦੇ ਕੀੜਿਆਂ ਨੂੰ ਆਪਣੇ ਵਰਗਾ ਬਣਾ ਸਕੇ। ਬੇਨਤੀ ਸਮਝੋ ਬੜੇ ਧਿਆਨ ਨਾਲ, ਭਰਿੰਗੀ ਕੀੜੇ ਦੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਉਹ ਸਾਰਿਆਂ ਕੀੜਿਆਂ ਨੂੰ ਆਪਣੇ ਵਰਗਾ ਬਣਾ ਸਕੇ, ਉਹ ਕੁਝ ਕੀੜਿਆਂ ਨੂੰ ਆਪਣੇ ਵਰਗਾ ਬਣਾ ਸਕਦਾ। ਇਸੇ ਤਰ੍ਹਾਂ ਭਰਿੰਗੀ ਗੁਰੂ ਉਹ ਹੁੰਦੇ ਨੇ ਜਿਨ੍ਹਾਂ ਦੇ ਕੋਲ ਇਹ ਸ਼ਕਤੀ ਨਹੀਂ ਹੁੰਦੀ ਉਹ ਸਾਰਿਆਂ ਨੂੰ ਗਿਆਨ ਦੇ ਸਕਣ, ਸਾਰਿਆਂ ਨੂੰ ਆਪਣੇ ਕੋਲ ਬਿਠਾ ਸਕਣ, ਨਹੀਂ ਕੁਝ ਵਿਸ਼ੇਸ਼ ਤਰ੍ਹਾਂ ਦੇ ਕੁਝ ਕੁ ਲੋਕਾਂ ਨੂੰ ਹੀ ਬਦਲਣ ਦੀ ਸ਼ਕਤੀ ਉਹਨਾਂ ਦੇ ਕੋਲ ਹੁੰਦੀ ਹੈ। ਇਹਨੂੰ ਕਿਹਾ ਜਾਂਦਾ ਭਰਿੰਗੀ ਗੁਰੂ। ਦੂਸਰਾ ਗੁਰੂ ਹੈ ਪਾਵਨ
ਬਾਵਨ ਚੰਦਨ ਗੁਰੂ ਹੈ। ਬਾਵਨ ਚੰਦਨ ਗੁਰਮੁਖ ਵਿਸ਼ੇਸ਼ ਤਰ੍ਹਾਂ ਦਾ ਇੱਕ ਪੌਦਾ ਚੰਦਨ ਦਾ। ਕਿਹਾ ਜਾਂਦਾ ਵੀ ਜਿਹੜਾ 52 ਉਂਗਲਾਂ ਉਹਦੇ ਨੇੜੇ ਨੇੜੇ ਜਿੰਨੇ ਪੇੜ ਪੌਦੇ ਹੁੰਦੇ ਨੇ ਉਹਨਾਂ ਅੰਦਰ ਆਪਣੀ ਖੁਸ਼ਬੂ ਭਰ ਦਿੰਦਾ ਹੈ। ਚੰਦਨ, ਬਾਵਨ ਚੰਦਨ, 52 ਉਂਗਲਾਂ ਜਿਹੜੇ ਉਹਦੇ ਆਸੇ ਪਾਸੇ ਪੇੜ ਪੌਦੇ ਨੇ ਉਹਨਾਂ ਅੰਦਰ ਆਪਣੀ ਸ਼ਕਤੀ ਭਰ ਦਿੰਦਾ, ਆਪਣੀ ਖੁਸ਼ਬੂ ਭਰ ਦਿੰਦਾ। ਪਰ ਨਾਲ ਇਹ ਵੀ ਚੇਤਾ ਰੱਖੀਏ, ਬਾਂਸ ਵਰਗਾ ਪੌਦਾ ਬਿਲਕੁਲ ਉਹਦੇ ਕੋਲ ਵੀ ਖੜਾ ਰਹੇ, ਚੰਦਨ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਬਾਂਸ ਵਿੱਚ ਆਪਣੀ ਸੁਗੰਧੀ ਭਰ ਸਕੇ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਕੁਝ ਗੁਰੂ ਬਾਵਨ ਚੰਦਨ ਵਰਗੇ ਹੁੰਦੇ ਨੇ ਜਿਹੜੇ ਉਹਨਾਂ ਦੇ ਆਸੇ ਪਾਸੇ ਹੁੰਦੇ ਨੇ, ਉਹਨਾਂ ਨੂੰ ਆਪਣਾ ਰੂਪ ਤਾਂ ਬਣਾ ਦਿੰਦੇ ਨੇ, ਪਰ ਕੋਈ ਬਾਂਸ ਵਰਗਾ ਹੰਕਾਰੀ ਆ ਜਾਏ, ਕਹਿਣ ਲੱਗੇ ਉਹਨਾਂ ਹੰਕਾਰੀਆਂ ਨੂੰ ਵੀ ਆਪਣੇ ਵਰਗਾ ਬਣਾ ਲੈਣ, ਇੰਨੀ ਤਾਕਤ ਉਹਨਾਂ ਦੇ ਕੋਲ ਨਹੀਂ ਹੁੰਦੀ। ਤੀਸਰਾ ਹੈ ਪਾਰਸ ਗੁਰੂ। ਪਾਰਸ ਗੁਰੂ ਨੂੰ ਕਿਹਾ ਜਾਂਦਾ, ਪਾਰਸ ਇੱਕ ਗੁਰਮੁਖ ਧਾਂਤ ਹੈ, ਇੱਕ ਮੰਨਿਆ ਜਾਂਦਾ ਵੀ ਪਾਰਸ ਇੱਕ ਇੱਦਾਂ ਚੀਜ਼ ਹੁੰਦੀ ਹੈ, ਜੇ ਉਹ ਲੋਹੇ ਨੂੰ ਛੋਹ ਜਾਏ ਤਾਂ ਸੋਨਾ ਬਣਾ ਦਿੰਦੀ। ਇੱਦਾਂ ਮੰਨਿਆ ਜਾਂਦਾ ਵੀ 12-13 ਤਰ੍ਹਾਂ ਦੀਆਂ ਧਾਂਤਾਂ ਹੁੰਦੀਆਂ ਨੇ, ਉਹਨਾਂ ਨੂੰ ਜੇ ਪਾਰਸ ਛੂਹ ਜਾਏ ਤਾਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਸੋਹਣਾ ਬਣਾ ਦਿੰਦਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਠੀਕ ਹੈ, ਪਾਰਸ ਦੇ ਅੰਦਰ ਇੰਨੀ ਕੁ ਤਾਕਤ ਤਾਂ ਹੈ ਵੀ ਉਹ ਕੁਝ ਕੁ ਧਾਤਾਂ ਨੂੰ ਛੂਹ ਜਾਏ ਤਾਂ ਸੋਹਣਾ ਬਣਾ ਦਿੰਦਾ, ਪਰ ਪਾਰਸ ਵਿੱਚ ਇੰਨੀ ਤਾਕਤ ਨਹੀਂ ਹੈ ਉਹ ਕਿਸੇ ਨੂੰ ਵੀ ਆਪਣੇ ਵਰਗਾ ਪਾਰਸ ਬਣਾ ਸਕੇ। ਉਹ ਸੋਹਣਾ ਤਾਂ ਬਣਾ ਸਕਦਾ ਪਰ ਉਹ ਆਪਣੇ ਵਰਗਾ ਪਾਰਸ ਕਿਸੇ ਇੱਕ ਨੂੰ ਵੀ ਨਹੀਂ ਬਣਾ ਸਕਦਾ। ਹੁਣ ਤਿੰਨ ਤਰ੍ਹਾਂ ਦੇ ਗੁਰੂ ਸਮਝੇ ਆਪਾਂ, ਥੋੜ੍ਹਾ ਜਿਹਾ ਬੇਨਤੀ ਬੜੇ ਧਿਆਨ ਨਾਲ ਸਮਝ, ਸਤਿਗੁਰੂ ਕੌਣ ਹੁੰਦਾ? ਪਹਿਲਾ ਭ੍ਰਿੰਗੀ ਗੁਰੂ, ਕੁਝ ਵਿਸ਼ੇਸ਼ ਤਰ੍ਹਾਂ ਦੇ ਕੀੜਿਆਂ ਨੂੰ ਫੜਦਾ, ਆਪਣੀ ਬੋਲੀ ਦੇ ਦਿੰਦਾ, ਪਰ ਹਰ ਇੱਕ ਕੀੜੇ ਨੂੰ ਪਕੜ ਕੇ ਆਪਣੇ ਵਰਗਾ ਬਣਾ ਲੈਣਾ, ਇਹ ਭ੍ਰਿੰਗੀ ਕੀੜੇ ਵਿੱਚ, ਇਹ ਭ੍ਰਿੰਗੀ ਗੁਰੂ 'ਚ ਤਾਕਤ ਨਹੀਂ ਹੈ। ਬਾਵਨ ਚੰਦਨ ਗੁਰੂ, ਬਾਵਨ ਚੰਦਨ 'ਚ ਇੰਨੀ ਤਾਕਤ ਤਾਂ ਹੈ ਵੀ ਉਹ 52 ਉਂਗਲਾਂ ਆਸੇ ਪਾਸੇ ਦੇ ਪੌਦਿਆਂ ਨੂੰ ਆਪਣੇ ਖੁਸ਼ਬੂ ਦੇ ਦਿੰਦਾ, ਪਰ ਜੇ ਉਹਦੇ ਕੋਲ ਬਾਂਸ ਵਰਗਾ ਹੰਕਾਰੀ ਆਏ ਜਾਂ ਆ ਜਾਏ ਤਾਂ ਉਹਨੂੰ ਆਪਣੀ ਖੁਸ਼ਬੂ ਨਹੀਂ ਦੇ ਸਕਦਾ। ਅਰਥ ਉਹ ਹਰ ਇੱਕ 'ਤੇ ਕੰਮ ਨਹੀਂ ਕਰਦਾ ਉਹਦਾ ਉਪਦੇਸ਼। ਤੀਸਰਾ, ਪਾਰਸ ਗੁਰੂ ਕੁਝ ਕੁ ਧਾਤਾਂ ਨੂੰ ਸੋਨਾ ਬਣਾ ਦਿੰਦਾ, ਪਰ ਕਿਸੇ ਇੱਕ ਵੀ ਧਾਤ ਨੂੰ ਆਪਣੇ ਵਰਗਾ ਪਾਰਸ ਬਣਾ ਦੇਵੇ, ਇਸ ਵਰਗੀ ਤਾਕਤ ਪਾਰਸ ਗੁਰੂ ਵਿੱਚ ਨਹੀਂ ਹੁੰਦੀ। ਅਤੇ ਚੌਥਾ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਚੌਥਾ ਹੁੰਦਾ ਦੀਪਕ ਗੁਰੂ। ਦੀਪਕ ਗੁਰੂ ਦਾ ਅਰਥ ਹੈ ਗੁਰਮੁਖੋਂ ਦੀਵਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਦੀਪਕ ਗੁਰੂ ਦਾ ਅਰਥ ਇਹ ਹੈ, ਇੱਕ ਦੀਵਾ ਜਗਦਾ ਹੋਵੇ, ਉਹਦੇ ਕੋਲ ਹਜ਼ਾਰਾਂ ਬੁਝੇ ਹੋਏ ਦੀਵੇ ਰੱਖ ਦਿੱਤੇ ਜਾਣ, ਇੱਕ ਹੀ ਦੀਵਾ ਉਹਨਾਂ ਹਜ਼ਾਰਾਂ ਦੀਵਿਆਂ ਨੂੰ ਆਪਣੀ ਜੋਤ ਦੇ ਕੇ ਜਗਾ ਦਿੰਦਾ, ਇਕੱਲਾ ਜਗਾਉਂਦਾ ਨਹੀਂ ਹੈ ਗੁਰਮੁਖੋ। ਦੀਵਾ ਬੁਝੇ ਹੋਏ ਦੀਵਿਆਂ ਨੂੰ ਜਗਾ ਤਾਂ ਦਿੰਦਾ, ਇਕੱਲਾ ਜਗਾਉਂਦਾ ਨਹੀਂ ਹੈ, ਨਾਲ ਉਹਨਾਂ ਸਾਰੇ ਦੀਵਿਆਂ ਨੂੰ ਕਹਿੰਦਾ, ਮੈਂ ਤੁਹਾਡੇ ਅੰਦਰ ਉਹ ਸ਼ਕਤੀ ਰੱਖ ਦਿੱਤੀ ਹੈ, ਅੱਗੇ ਤੁਸੀਂ ਵੀ ਜਾ ਕੇ ਹਜ਼ਾਰਾਂ ਨੂੰ ਜਗਾ ਸਕਦੇ ਹੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਪਕ ਗੁਰੂ ਹਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਹੜੇ ਗੁਰੂ ਨੇ ਬੋਲੋ ਜੀ?
ਦੀਪਕ ਗੁਰੂ ਹਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲ ਹਜ਼ਾਰਾਂ ਬੁਝੇ ਹੋਏ ਆਉਂਦੇ ਨੇ। ਗੁਰਮੁਖੋ, ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਆਪਣੀ ਜੋਤ ਦੇ ਕੇ ਜਗਾ ਦਿੰਦੇ ਨੇ, ਅਤੇ ਇਕੱਲੇ ਜਗਾਉਂਦੇ ਨਹੀਂ, ਕਹਿ ਦਿੰਦੇ ਨੇ ਭਾਈ ਲੈਣਾ ਬੁਝਿਆ ਹੋਇਆ ਦੀਪਕ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਉਸ ਨੂੰ ਆਪਣੀ ਜੋਤ ਦੇ ਕੇ ਆਪਣਾ ਚਾਨਣ ਦੇ ਕੇ ਜਗਾ ਦਿੰਦੇ ਨੇ। ਨਾਲੇ ਕਹਿੰਦੇ ਨੇ ਲੈਣਿਆ ਹੁਣ ਤੇਰੇ ਅੰਦਰ ਵੀ ਮੈਂ ਆਪਣੀ ਉਹ ਸ਼ਕਤੀ ਰੱਖ ਦਿੱਤੀ ਹੈ, ਅੱਗੇ ਤੂੰ ਵੀ ਹਜ਼ਾਰਾਂ ਬੁਝਿਆ ਹੋਇਆਂ ਨੂੰ ਜਗਾ ਸਕਦਾ। ਗੁਰੂ ਅਮਰਦਾਸ ਸਾਹਿਬ ਬੁਝੇ ਹੋਏ ਦੀਪਕ ਆਉਂਦੇ ਨੇ, ਗੁਰੂ ਅੰਗਦ ਸਾਹਿਬ ਆਪਣੀ ਜੋਤ ਦੇ ਕੇ ਜਗਾ ਦਿੰਦੇ ਨੇ। ਨਾਲ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਹੁਣ ਤੁਹਾਡੇ ਅੰਦਰ ਵੀ ਇੰਨੀ ਸ਼ਕਤੀ ਹੈ, ਤੁਸੀਂ ਵੀ ਅੱਗੇ ਹਜ਼ਾਰਾਂ ਬੁਝਿਆਂ ਹੋਇਆਂ ਨੂੰ ਜਗਾ ਸਕਦੇ ਹੋ। ਇਹਨੂੰ ਕਹਿੰਦੇ ਦੀਪਕ ਗੁਰੂ। ਗੁਰੂ ਅਤੇ ਗੁਰਮੁਖੋ ਬੜੇ ਪ੍ਰਕਾਰ ਦੇ ਨੇ। ਤਾਂ ਹੀ ਤਾਂ ਵੇਖੋ ਨਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਹਿ ਲੋਏ। ਜਿੱਥੇ ਗੁਰੂ ਦਾਤਾਂ ਦੇਣ ਵਾਲਾ ਦਾਤਾ ਹੈ, ਗੁਰੂ ਬਰਫ਼ ਦਾ ਘਰ ਹੈ। ਕਹਿਣ ਲੱਗੇ ਗੁਰੂ ਤਾਂ ਬਲਦਾ ਹੋਇਆ ਦੀਵਾ ਹੈ, ਜਿਹੜਾ ਬੁਝਿਆਂ ਹੋਇਆਂ ਨੂੰ ਜਗਾ ਕੇ ਆਪਣੀ ਰੋਸ਼ਨੀ ਵੀ ਦਿੰਦਾ, ਆਪਣੀ ਤਾਕਤ ਵੀ ਦਿੰਦਾ। ਇਸੇ ਨੂੰ ਭੱਟ ਸਾਹਿਬਾਨਾਂ ਨੇ ਕਿਹਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਕੀ ਨੇ, ਬਲਿਓ ਚਿਰਾਗ ਅੰਧਿਆਰ ਮੈਂ। ਗੁਰੂ ਨਾਨਕ ਸਾਹਿਬ ਤਾਂ ਬਲਦਾ ਹੋਇਆ ਚਿਰਾਗ ਹਨ, ਚਿਰਾਗ ਦੀਵੇ ਨੂੰ ਕਹਿੰਦੇ ਨੇ। ਤੋ ਗੁਰਮੁਖੋ ਗੁਰੂ ਕੌਣ ਹੈ? ਆਪਾਂ ਜੋ ਵਿਚਾਰ ਰਹੇ ਹਾਂ, ਸਤ ਪੁਰਖ ਜਿਨ ਜਾਣਿਆ, ਜਿਹਨੇ ਸਦੀਵੀ ਇੱਕ ਰਸ ਵਿਆਪਕ ਪਰਮੇਸ਼ਰ ਨੂੰ ਜਾਣ ਲਿਆ। ਸਤਿਗੁਰ ਤਿਸਕਾ ਨਾਉ, ਉਸ ਨੂੰ ਭਾਈ ਸਤਿਗੁਰੂ ਕਿਹਾ ਜਾਂਦਾ ਹੈ। ਤਿਸਕੈ ਸੰਗ ਸਿੱਖ ਉੱਧਰ ਹੈ, ਇਹ ਨਿਸ਼ਾਨੀ ਹੈ, ਲੱਛਣ ਹੈ ਗੁਰੂ ਦਾ। ਜਿਹਦੀ ਸੰਗਤ ਵਿੱਚ ਪਾਪੀ ਤੋਂ ਪਾਪੀ ਵੀ ਉੱਧਰ ਜਾਏ, ਉਧਾਰ ਹੋ ਜਾਏ ਪਾਪੀ ਤੋਂ ਪਾਪੀ ਦਾ ਵੀ, ਜਿਸ ਦੀ ਸੰਗਤ ਕੀਤਿਆਂ ਗੁਰਮੁਖੋ ਬੁਝੇ ਹੋਏ ਜਗ ਪੈਣ, ਜਿਸ ਦੀ ਸੰਗਤ ਕੀਤਿਆਂ ਪਾਪੀ ਤੋਂ ਪਾਪੀ ਕੌਡੇ। ਗੁਰਮੁਖੋ ਕਦੇ ਐਸਾ ਕਦੇ ਉਮੀਦ ਕੀਤੀ ਸੀ ਇੱਦਾਂ ਵੀ ਇੱਕ ਐਸਾ ਇਨਸਾਨ ਜਿਹਨੇ ਸੈਂਕੜੇ ਬੰਦੇ ਮਾਰ ਕੇ ਖਾਧੇ ਹੋਣ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹ ਸੰਤ ਬਣ ਜਾਏ? ਰਾਕਸ਼ ਇੱਦਾਂ ਹੀ ਸੀ, ਰਾਕਸ਼ ਕੋਈ ਸਿੰਘ ਥੋੜ੍ਹਾ ਲੱਗੇ ਸੀ ਉਹਦੇ, ਰਾਕਸ਼ਿਕ ਬਿਰਤੀ ਹੈ। ਰਾਕਸ਼ ਇੱਕ ਅਸਲ ਵਿੱਚ ਜਿਹੜਾ ਕੌਡਾ ਸੀ ਨਾ, ਕੌਡਾ ਦੱਖਣ ਭਾਰਤ ਦੇ ਜੰਗਲਾਂ ਦਾ ਇੱਕ ਭੀਲ ਜਾਤੀ ਦਾ ਇਨਸਾਨ ਸੀ। ਤੁਸੀਂ ਨਾ ਕਦੇ ਜੱਬਲਪੁਰ ਜਾਓ, ਮੱਧ ਪ੍ਰਦੇਸ਼ ਵਿੱਚ ਹੈ, ਜੱਬਲਪੁਰ ਦੇ ਨਾਲ ਗੁਰਮੁਖੋ ਗੁਰਦੁਆਰਾ ਸਾਹਿਬ ਬਣਿਆ, ਉਹ ਜਿੱਥੇ ਗੁਰੂ ਨਾਨਕ ਸਾਹਿਬ ਨੇ ਕੌਡੇ ਭੀਲ ਨੂੰ ਉਧਾਰ ਕੀਤਾ, ਉਹਦਾ ਉਹਨੂੰ ਆਤਮਕ ਜੋਤ ਬਖਸ਼ੀ। ਉਹ ਕੌਡਾ ਰਾਕਸ਼ ਨਹੀਂ ਸੀ ਅਸਲ ਦੇ ਵਿੱਚ, ਉਹ ਸਾਡੇ ਸਖੀਕਰਨ ਰਾਕਸ਼ ਲਿਖਤਾ ਇੱਦਾਂ, ਅਸਲ ਕੌਡਾ ਭੀਲ ਸੀ। ਭੀਲ ਜਾਤੀ ਦੇ ਲੋਕ ਦੱਖਣ ਭਾਰਤ ਜੰਗਲਾਂ 'ਚ ਰਹਿੰਦੇ ਆ, ਆਮ ਲੋਕਾਂ ਨਾਲੋਂ ਉਹ ਰੰਗ ਰੂਪ ਵਿੱਚ ਵੀ ਥੋੜ੍ਹੇ ਵੱਖਰੇ ਹੁੰਦੇ, ਇੱਦਾਂ ਭਿਆਨਕ ਜਿਹੇ ਲੱਗਦੇ ਦੇਖਣ ਨੂੰ, ਅਤੇ ਕੱਦ ਕਾਠ ਵਿੱਚ ਵੀ ਜਿਹੜੇ ਭੀਲ ਜੱਜ ਦੇ ਲੋਕ ਨੇ ਉਹ ਵੱਡੇ ਹੁੰਦੇ ਆ, ਉੱਦਾਂ ਦਾ ਸੀ ਉਹ। ਇਤਿਹਾਸਕਾਰ ਦੱਸਦੇ ਨੇ ਵੀ ਉੱਚੀਆਂ ਜਾਤੀਆਂ ਵਾਲਿਆਂ ਨੇ, ਅਮੀਰ ਲੋਕਾਂ ਨੇ ਉਹਨਾਂ ਭੀਲ ਲੋਕਾਂ ਨੂੰ ਇੱਦਾਂ ਤੰਗ ਪਰੇਸ਼ਾਨ ਕੀਤਾ, ਮਾਨਸਿਕ ਸਰੀਰਕ ਸ਼ੋਸ਼ਣ ਕੀਤਾ ਉਹਨਾਂ ਦਾ, ਉਹਨਾਂ ਨੂੰ ਜੰਗਲ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ।
ਕੁਝ ਤਾਂ ਚੁੱਪ ਕਰਕੇ ਬਹਿ ਜਾਂਦੇ ਨੇ, ਕੁਝ ਹੁੰਦੇ ਨੇ ਇਦਾਂ ਦੇ ਵੀ ਅਸੀਂ ਹਾਰ ਨਹੀਂ ਮੰਨਣੀ। ਉਹਨਾਂ ਵਿੱਚੋਂ ਸੀ, ਅਣਖੀ ਸੀ ਉਹ। ਉਹ ਕਹਿੰਦਾ ਵੀ ਜਿਨ੍ਹਾਂ ਨੇ ਮੇਰੇ ਸਮਾਜ ਨੂੰ ਇੱਦਾਂ ਕੀਤਾ, ਜਿਨ੍ਹਾਂ ਨੇ ਇੱਦਾਂ ਧੱਕੇ ਸਾਨੂੰ ਸਮਾਜ ਵਿੱਚੋਂ ਮਾਰੇ ਆ, ਮੈਂ ਉਹਨਾਂ ਨੂੰ ਨਹੀਂ ਜਾਣ ਦੇਣਾ। ਫਿਰ ਦੁਸ਼ਮਣ ਬਣ ਗਿਆ ਉਹਨਾਂ ਦਾ, ਲੋਕਾਂ ਨੇ ਰਾਕਸ਼ ਕਹਿਣਾ ਸ਼ੁਰੂ ਕਰ ਦਿੱਤਾ ਵੀ ਰਾਕਸ਼ ਵਰਗਾ ਜੀ ਇਹ ਤਾਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਉੱਥੇ ਗਏ, ਗੁਰੂ ਨੇ ਦੇਖਿਆ ਕਿ ਇਹਦੇ ਅੰਦਰ ਤਾਕਤ ਤਾਂ ਹੈ ਸਮਾਜ ਅੱਗੇ ਲੜਨ ਦੀ, ਸਮਾਜ ਅੱਗੇ ਅੜਨ ਦੀ ਤਾਕਤ ਇਹਦੇ ਕੋਲ ਹੈ। ਜੇ ਇਹਨੂੰ ਸਹੀ ਰਾਹ ਮਿਲ ਜਾਏ ਤਾਂ ਇਹ ਬਹੁਤ ਵੱਡਾ ਬਦਲਾਵ ਕਰ ਸਕਦਾ। ਇੱਦਾਂ ਹੁੰਦਾ ਗੁਰਮੁਖੋ, ਕਿਉਂਕਿ ਦੇਖੋ ਨਾ ਕਿਤੇ ਦੁਨੀਆ ਅੱਗੇ ਆਪਾਂ ਇਹ ਕਹਿ ਲਓ ਵੀ ਚੋਰੀ ਕਰਨ ਵਾਸਤੇ ਜਾਂ ਬੁਰਾ ਕੰਮ ਕਰਨ ਵਾਸਤੇ ਵੀ ਕੁਛ ਤਾਕਤ ਤਾਂ ਚਾਹੀਦੀ ਹੁੰਦੀ ਹੈ। ਇਹਦਾ ਅਰਥ ਕੋਈ ਬੁਰੇ ਕੰਮ ਕਰਦਾ ਪਿਆ, ਇਹਦਾ ਅਰਥ ਹੈ ਵੀ ਤਾਕਤ ਉਹਦੇ ਕੋਲ ਹੈ, ਉਹਨੂੰ ਦਿਸ਼ਾ ਨਹੀਂ ਸਹੀ ਮਿਲੀ। ਜੇ ਸਹੀ ਦਿਸ਼ਾ ਮਿਲ ਜਾਏ ਤਾਂ ਉਹ ਬਹੁਤ ਕੁਛ ਕਰ ਸਕਦਾ। ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਪਾਤਸ਼ਾਹ ਮਹੰਤ ਜੈਤ ਰਾਮ ਨੂੰ ਮਿਲਦੇ ਨੇ ਰਾਜਸਥਾਨ ਦੇ ਵਿੱਚ, ਗੁਰਮੁਖੋ ਦਾਦੂ ਦੁਆਰਾ ਬਣਿਆ ਹੋਇਆ, ਦਾਦੂ ਇੱਕ ਸੰਤ ਹੋਇਆ ਬਹੁਤ ਵੱਡਾ ਰਾਜਸਥਾਨ ਦਾ, ਦਾਦੂ ਪੰਥੀਏ ਬਹੁਤ ਪ੍ਰਸਿੱਧ ਹੋਏ ਨੇ ਰਾਜਸਥਾਨ ਦੇ ਵਿੱਚ। ਉੱਥੋਂ ਦਾ ਮਹੰਤ ਸੀ ਜੈਤ ਰਾਮ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਮਿਲਦਾ ਹੈ ਨਾ, ਗੁਰੂ ਪਾਤਸ਼ਾਹ ਕਿੱਧਰ ਚੱਲੇ ਹੋ, ਪਾਤਸ਼ਾਹ ਕਹਿੰਦੇ ਦੱਖਣ ਨੂੰ ਚੱਲੇ ਹਾਂ। ਕਹਿਣ ਲੱਗੇ ਪਾਤਸ਼ਾਹ ਉੱਧਰ ਨਾ ਜਾਇਓ ਜੀ। ਪੁੱਛਿਆ ਕਿਉਂ? ਉੱਥੇ ਨਾ ਇੱਕ ਬਹੁਤ ਵੱਡਾ ਕਰਾਮਾਤੀ ਜਿਹੜਾ ਹੈ ਉਹ ਤਪ ਕਰਨ ਵਾਲਾ ਵੈਰਾਗੀ ਰਹਿੰਦਾ, ਮਾਧੋ ਦਾਸ। ਪਾਤਸ਼ਾਹ ਕਹਿੰਦੇ ਉਹਦੇ ਕੋਲ ਕਿਉਂ ਨਾ ਜਾਈਏ? ਕਹਿਣ ਲੱਗੇ ਪਾਤਸ਼ਾਹ ਉਹ ਤਖ਼ਤ ਪਲਟਾ ਦਿੰਦਾ ਹੈ। ਇੱਦਾਂ ਹੀ ਕਿ ਅਸੀਂ ਮਹੰਤ ਜੈਤ ਰਾਮ ਨੇ, ਕਿਉਂਕਿ ਮਹੰਤ ਜੈਤ ਰਾਮ ਨਾਲ ਹੋਈ ਸੀ। ਮਹੰਤ ਜੈਤ ਰਾਮ ਦਾਦੂ ਪੰਥੀਆ ਉਹ ਗੁਰਮੁਖੋ ਗਿਆ ਗੋਦਾਵਰੀ ਵਾਲੇ ਪਾਸੇ ਨੂੰ, ਉੱਥੇ ਮਾਧੋ ਦਾਸ ਮਿਲ ਗਿਆ। ਅੱਗੇ ਮਾਧੋ ਦਾਸ ਨੇ ਉਹਨੂੰ ਆਪਣੇ ਘਰ ਡੇਰੇ 'ਚ ਬੁਲਾਇਆ, ਉੱਚਾ ਬਿਠਾਇਆ, ਕਰਾਮਾਤ ਨਾਲ ਤਖ਼ਤ ਪਲਟਾਇਆ। ਉਹਦੇ ਚੇਲੇ ਤਾੜੀਆਂ ਮਾਰ ਕੇ ਹੱਸੇ। ਉਹ ਮਾਧੋ ਦਾਸ ਜਿੱਥੇ ਕਰਾਮਾਤੀ ਸੀ, ਸ਼ਕਤੀਆਂ ਵਾਲਾ ਸੀ, ਉੱਥੇ ਹੰਕਾਰੀ ਵੀ ਸੀ ਗੁਰਮੁਖੋ। ਉਹਨੂੰ ਦੂਜਿਆਂ ਦੀ ਬੇਇੱਜ਼ਤੀ ਕਰਕੇ ਕਹਿੰਦਾ ਸੀ ਵੀ ਮੈਨੂੰ ਆਨੰਦ ਮਿਲਦਾ ਹੈ। ਇੱਦਾਂ ਹੁੰਦੇ ਨੇ ਹੰਕਾਰੀ ਕਈ। ਕਹਿਣ ਲੱਗੇ ਪਾਤਸ਼ਾਹ ਉੱਥੇ ਨਾ ਜਾਇਓ, ਉਹ ਤਾਂ ਬਿਠਾ ਕੇ ਤਖ਼ਤਾਂ ਪਲਟਾ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਫਿਰ ਤਾਂ ਪੱਕਾ ਜਾਵਾਂਗੇ, ਅਸੀਂ ਤਾਂ ਲੱਭਦੇ ਹੀ ਐਸੇ ਨੂੰ ਪੈਣ ਤਖ਼ਤ ਪਲਟਾਉਣ ਵਾਲਾ ਹੋਵੇ। ਗੁਰੂ ਪਾਤਸ਼ਾਹ ਨੇ ਕੀ ਕਿਹਾ? ਤਖ਼ਤ ਪਲਟਾਉਣ ਦੀ ਤਾਂ ਲੋੜ ਹੈ ਭਾਈ, ਅਸੀਂ ਤਾਂ ਲੱਭਦੇ ਪਏ ਹਾਂ ਕੋਈ ਤਖ਼ਤ ਪਲਟਾਉਣ ਵਾਲਾ ਮਿਲ ਜੇ, ਪੱਕੇ ਜਾਵਾਂਗੇ ਫਿਰ ਤਾਂ। ਔਰ ਗੁਰਮੁਖੋ ਹੋਇਆ ਐਸਾ, ਜਿਸ ਦੇ ਕੋਲੋਂ ਲੋਕ ਡਰ ਕੇ ਦੂਰ ਭੱਜਦੇ ਸੀ ਨਾ, ਗੁਰੂ ਗੋਬਿੰਦ ਸਿੰਘ ਚੱਲ ਕੇ ਉਹਦੇ ਕੋਲ ਗਏ। ਜਿਹੜਾ ਲੋਕਾਂ ਦੇ ਤਖ਼ਤ ਪਲਟਾਉਂਦਾ ਸੀ ਨਾ, ਗੁਰੂ ਨੇ ਉਹਦੀ ਜ਼ਿੰਦਗੀ ਪਲਟਾ ਕੇ ਰੱਖ ਦਿੱਤੀ। ਇੱਦਾਂ ਕਿਸੇ ਹੋਰ 'ਚ ਤਾਕਤ ਨਹੀਂ ਸੀ, ਇਹ ਤਾਕਤ ਸਤਿਗੁਰੂ ਦੇ ਵਿੱਚ ਹੀ ਸੀ। ਜਦੋਂ ਕਹਿੰਦੇ ਨਾ ਪਾਤਸ਼ਾਹ ਤੁਸੀਂ ਕੌਣ ਹੋ, ਇੱਦਾਂ ਕਿਹਾ ਨਾ ਉਹਨੇ ਮਾਧੋ ਦਾਸ ਨੇ, ਤੁਸੀਂ ਕੌਣ ਹੋ? ਗੁਰੂ ਸਾਹਿਬ ਨੇ ਆਪਣੀ ਇੰਟਰੋਡਕਸ਼ਨ ਥੋੜ੍ਹਾ ਦਿੱਤੀ, ਮੈਂ ਕੌਣ ਹਾਂ? ਗੁਰੂ ਪਾਤਸ਼ਾਹ ਕਹਿੰਦੇ, ਮਾਧੋ ਦਾਸ ਆਪਣੇ ਮਨ ਤੋਂ ਪੁੱਛ ਮੈਂ ਕੌਣ ਹਾਂ, ਅੰਦਰ ਝਾਤ ਮਾਰ ਮੈਂ ਕੌਣ ਹਾਂ। ਪਤਾ ਲੱਗ ਗਿਆ ਵੀ ਮੇਰੇ ਤੋਂ ਤਾਕਤਵਰ ਹੈ। ਫਿਰ ਅੰਤਰ ਆਤਮੇ
ਝਾਤ ਮਾਰਦਾ, ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ, ਕਿਉਂਕਿ ਅੰਤਰ ਆਤਮਕ ਸ਼ਕਤੀ ਬਹੁਤ ਸੀ ਉਹਦੇ ਕੋਲ ਗੁਰਮੁਖ। ਤੋ ਇਸ ਕਰਕੇ ਗੁਰੂ ਉਹ ਹੈ ਤਿਸ ਕੈ ਸੰਗ ਸਿੱਖ। ਸਿੱਖ ਦਾ ਕੀ ਅਰਥ ਹੈ? ਸੰਗਤ ਕਰਨ ਵਾਲਾ, ਜਿਸ ਦੀ ਸੰਗਤ ਕੀਤੀਆਂ ਮਨੁੱਖ ਉੱਧਰ ਜਾਏ, ਇੱਦਾਂ ਬਦਲਾਵ ਜ਼ਿੰਦਗੀ 'ਚ ਬਦਲਾਵ ਆ ਜਾਏ, ਪਾਪੀ ਮਨੁੱਖ ਵੀ ਸੰਤ ਬਣ ਜਾਏ, ਠੱਗ ਵੀ ਬੇਈਮਾਨ ਵੀ ਇਮਾਨ ਦਾ ਇੱਦਾਂ ਵੰਡਣ ਲੱਗ ਪਵੇ, ਇੱਦਾਂ ਇਹਨੂੰ ਕਹਿੰਦੇ ਇਹ ਉੱਧਰ ਗਿਆ, ਜੀਵਨ 'ਚ ਬਦਲਾਵ ਆ ਗਿਆ, ਕਹਿੰਦੇ ਅਜਿਹੀ ਸ਼ਖਸੀਅਤ ਨੂੰ ਗੁਰੂ ਕਿਹਾ ਜਾਂਦਾ ਹੈ। ਗੁਰੂ ਗੁਰੂ ਕੋ ਬਦਲਾਵ ਕਰਦਾ। ਸਾਡਾ ਤਾਂ ਹੁਣ ਰਿਵਾਜ਼ ਹੀ ਇਹ ਪੈ ਗਿਆ ਨਾ ਵੀ ਅਸੀਂ ਕਹਿੰਦੇ ਹਾਂ ਜੀ ਬਸ ਅਰਦਾਸ ਕਰੋ ਜੀ ਆਸ਼ੀਰਵਾਦ। ਗੁਰੂ ਆਸ਼ੀਰਵਾਦ ਨਹੀਂ ਦਿੰਦਾ, ਗੁਰੂ ਸਿੱਖਿਆ ਦਿੰਦਾ। ਆਸ਼ੀਰਵਾਦ ਦੇਣ ਵਾਲੇ ਹੋਰ ਬਹੁਤ ਹੁੰਦੇ ਨੇ, ਸਿੱਖਿਆ ਗੁਰੂ ਉਧਾਰਦਾ ਸਿੱਖ ਨੂੰ। ਇਹ ਨਿਸ਼ਾਨੀਆਂ ਨੇ, ਸੱਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸ ਕੈ ਸੰਗ ਸਿੱਖ। ਉੱਧਰ ਹੈ ਜਿਹਦੀ ਸੰਗਤ ਕੀਤੀਆਂ ਜ਼ਿੰਦਗੀ ਬਦਲ ਜਾਏ। ਨਾਨਕ ਹਰ ਗੁਣ ਗਾਓ, ਜਿਹੜਾ ਆਪਣਾ ਨਾਮ ਨਾ ਜਪਾਵੇ ਇਹਦਾ ਕਿਰਤ ਬਣੇਗਾ। ਨਾਨਕ ਹਰ ਗੁਣ ਗਾਓ ਦਾ ਹੇ ਨਾਨਕ, ਜਿਹੜਾ ਇਹ ਕਹੇ ਭਾਈ ਹਰੀ ਦੇ ਗੁਣਾਂ ਨੂੰ ਗਾ, ਜਿਹੜਾ ਆਪਣਾ ਨਾਮ ਨਾ ਜਪਾਵੇ। ਗੁਰਮੁਖੋ ਗੁਰੂ ਨੇ ਸਾਨੂੰ ਕਦੇ ਨਹੀਂ ਕਿਹਾ ਤੁਸੀਂ ਨਾਨਕ ਨੂੰ ਜਪੋ, ਤੁਸੀਂ ਗੁਰੂ ਗੋਬਿੰਦ ਨੂੰ ਨੱਚੋ। ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਇੱਕ ਓਅੰਕਾਰ ਨੂੰ ਜਪੋ। ਮੈਂ ਵੀ ਉਸੇ ਨੂੰ ਜਪਿਆ ਭਾਈ ਸਿੱਖੋ, ਤੁਸੀਂ ਵੀ ਉਸੇ ਨੂੰ ਜਪੋ। ਇਹ ਗੁਰਮੁਖੋ ਨਿਸ਼ਾਨੀਆਂ ਨੇ ਗੁਰੂ ਦੀਆਂ। ਅਸੀਂ ਤਾਂ ਭਾਗਾਂ ਵਾਲੇ ਹਾਂ, ਸਾਨੂੰ ਐਸਾ ਸੱਚਾ ਸਤਿਗੁਰੂ ਮਿਲਿਆ ਹੈ, ਦੀਪਕ ਗੁਰੂ ਸਾਨੂੰ ਮਿਲਿਆ ਹੈ, ਜਿਹੜਾ ਸਾਨੂੰ ਬੁਝਿਆਂ ਹੋਇਆਂ ਨੂੰ ਜਗਾਉਂਦਾ ਹੈ, ਅਤੇ ਸਿੱਖਾਂ ਦੇ ਅੰਦਰ ਵੀ ਇੰਨੀ ਤਾਕਤ ਰੱਖਦਾ। ਅੱਗੇ ਉਹ ਸਿੱਖ ਵੀ ਹਜ਼ਾਰਾਂ ਬੁਝਿਆਂ ਹੋਇਆਂ ਨੂੰ ਜਗਾ ਸਕਦੇ ਨੇ। ਇਸ ਨੂੰ ਸਤਿਗੁਰੂ ਕਹਿੰਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਅੱਜ ਸਲੋਕ ਦੀ ਆਪਾਂ ਵਿਚਾਰ ਕੀਤੀ। ਗੁਰੂ ਕੱਲ੍ਹ ਨੂੰ ਗੁਰਮੁਖੋ ਆਪਾਂ ਇਹ ਅਸ਼ਟਪਦੀ ਇਹਦੀ ਵਿਚਾਰ ਆਪਾਂ ਅੱਗੇ ਲੈ ਕੇ ਚੱਲਾਂਗੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।